वो आए हैं घर पे हमारे खुदा की कुदरत है, वो आए हैं घर पे हमारे खुदा की कुदरत है, कभी हम उनको कभी अपने घर को देखते हैं। खुशामदीद गुरप्रीत कुगी साहब। मेहरबानी मेरे। वो आए घर हमारे खुदा की कुदरत, कभी हम उनको कभी अपने घर को देखते हैं। गल बड़ी वधिया कही तुसी, कभी मेरे वाल वेखदे कभी अपने घर वाले वेखदे, बड़े सोहने घर च किदां दा आ गया। ਸੋ ਮੇਰੇ ਵੀਰ ਹੈ ਜੀ, ਇਹਨਾਂ ਦਾ ਬਹੁਤ ਪਿਆਰ ਹੈ, ਹਮੇਸ਼ਾ ਹੀ ਇਸ ਇਲਾਕੇ ਦੇ ਵਿੱਚ ਇਹ ਯਾਦ ਕਰਦੇ ਰਹਿੰਦੇ ਆ। ਸੋ ਇੱਧਰ ਵਾਲੇ ਦਰਸ਼ਕ ਸੋਚਦੇ ਹੋਣੇ ਆ ਵੀ ਅਸੀਂ ਇੱਧਰ ਥੱਲੇ ਬੈਠੇ ਹਾਂ, ਪਾਰਟੀਸ਼ਨ ਜਾਂ ਇੱਧਰ ਥੋੜ੍ਹਾ ਉੱਚੀ ਥਾਂ 'ਤੇ ਕੁਰਸੀਆਂ ਲੱਗੀਆਂ, ਪਰ ਮੈਨੂੰ ਤਾਂ ਉਹੀ ਗੱਲ ਯਾਦ ਹੁੰਦੀ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ। ਸੋ ਆਪਾਂ ਗੱਲਾਂ ਹੀ ਇੱਧਰ ਨੂੰ ਕਰੀ ਜਾਣੀਆਂ, ਜ਼ਿਆਦਾ ਘਬਰਾਉਣਾ ਨਹੀਂ ਤੁਸੀਂ, ਕਿਉਂਕਿ ਇਹ ਤਾਂ ਜਿਹੜਾ ਥੋੜ੍ਹਾ ਸਲਾਬਾ ਹੈ, ਤੁਹਾਡਾ ਸਲਾਬਾ ਕੱਢਣ ਡਿਆ ਸੁੱਕਣੇ ਪਾ ਕੇ ਨਾ ਧੁੱਪੇ, ਕਿਉਂਕਿ ਤਾਲੀਆਂ ਦੀ ਆਵਾਜ਼ ਵੀ ਉਧਰੋਂ ਜ਼ਿਆਦਾ ਆਉਂਦੀ, ਤੁਹਾਡੇ ਨੂੰ ਘੱਟ ਆਉਂਦੀ। ਤੁਹਾਡਾ ਸਲਾਬਾ ਕੱਢਣ ਡਿਆ ਵੀ ਤਾਲੀਆਂ ਮਾਰਨ ਜੋਗੇ ਹੋ ਜਾਓ। ਅਜੇ ਤਾਂ ਮੌਸਮ ਚੰਗਾ, ਜਦੋਂ ਮੌਸਮ ਜ਼ਿਆਦਾ ਠੰਡ ਵਾਲਾ ਹੁੰਦਾ ਫਿਰ ਅਸੀਂ ਕਹੀਦਾ ਨਹੀਂ ਤਾੜੀਆਂ ਮਾਰਨ ਨੂੰ। ਚੰਗੇ ਮੌਸਮ 'ਚ ਤਾੜੀਆਂ ਦੀ ਇੱਛਾ ਕਰ ਲਈ ਦੀ, ਕਿਉਂਕਿ ਮੌਸਮ ਠੰਡਾ ਹੋਵੇ ਫਿਰ ਪਤਾ ਕਿਸੇ ਨੇ ਤਾੜੀਆਂ ਨਹੀਂ ਮਾਰਨੀਆਂ, ਕਿਉਂਕਿ ਬਗਲਾਂ 'ਚੋਂ ਹੱਥ ਕੱਢਣ ਨੂੰ ਜੀ ਨਹੀਂ ਕਰਦਾ, ਤਾੜੀਆਂ ਕਿੰਨੇ ਮਾਰਨੀਆਂ। ਇਹੋ ਜਿਹੇ ਮੌਸਮ 'ਚ ਕਿਸੇ ਦੇ ਘਰ ਵੀ ਜਾਈਏ ਨਾ, ਇੱਥੋਂ ਕੱਛਾਂ 'ਚੋਂ ਹੱਥ ਕੱਢਣ ਨੂੰ ਜੀ ਨਹੀਂ ਕਰਦਾ, ਦਿਲ ਹੀ ਨਹੀਂ ਕਰਦਾ, ਇੱਦਾਂ ਹੀ ਜਾ ਕੇ ਕਹੀਦਾ ਆਂਟੀ ਜੀ ਪੈਰੀ ਪੈਣਾ। ਆਂਟੀ ਵੀ ਬੁੱਕਲ 'ਚੋਂ ਹੱਥ ਨਹੀਂ ਬਾਹਰ ਕੱਢਦੀ, ਸ਼ਾਲ 'ਚੋਂ ਹੀ ਕਹਿੰਦੀ ਹੈ ਜੀਂਦਾ ਰਹਿ। ਉਹ ਮੌਸਮ ਦਾ ਕਸੂਰ ਹੁੰਦਾ, ਪਰ ਅਜੇ ਮੌਸਮ ਚੰਗਾ, ਜਿੱਥੇ ਦਿਲ ਕਰੇ ਖੁੱਲ੍ਹ ਕੇ ਤਾੜੀਆਂ ਮਾਰਨੀਆਂ ਤੁਸੀਂ, ਕਿਉਂਕਿ ਅੱਜ ਬੜਾ ਅੱਛਾ ਮੇਰੇ ਵਾਸਤੇ ਵੀ ਮੌਕਾ ਕਿ ਮੈਂ ਇੰਨੀ ਖੂਬਸੂਰਤ ਆਡੀਅੰਸ, ਕਿਉਂਕਿ ਤੁਸੀਂ ਬਹੁਤ ਪਿਆਰ ਦਿੰਦੇ ਹੋ ਕਲਾਕਾਰਾਂ ਨੂੰ, ਸਿਰਫ ਕਾਮੇਡੀ ਨੂੰ ਨਹੀਂ, ਜਿੰਨੇ ਵੀ ਲੋਕ ਮੇਰੇ ਇੱਥੇ ਮਿਲਦੇ ਆ ਉਹ ਸਿਰਫ ਕਾਮੇਡੀ ਦੀ ਗੱਲ ਹੀ ਨਹੀਂ ਕਰਦੇ, ਮੇਰੇ ਸੀਰੀਅਲਸ ਦੀ ਪਲੇਸ ਦੀ ਵੀ ਗੱਲ ਕਰਦੇ ਆ ਕਿ ਫਲਾਣਾ ਤੁਹਾਡਾ ਦੇਖਿਆ ਸੀ ਪਰਛਾਵੇਂ ਬੁਲਾਰੇ ਵਾਲਾ, ਇਹ ਵੋ ਚੈਂਪੀਅਨ 'ਚ ਐਥਲੀਟ। ਸੋ ਇਹ ਗੱਲਾਂ ਜਿਹੜਾ ਬਰੀਕੀ ਨਾਲ ਟੀ ਵੀ ਦੇਖਦਾ ਸਿਰਫ ਉਹੀ ਨੋਟ ਕਰਦਾ, ਵਰਨਾ ਲੋਕ ਦੋ ਸਕਿੰਟਾਂ 'ਤੇ ਹੱਸੇ 'ਤੇ ਘਰ ਚਲੇ ਗਏ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਰੱਬ ਦਾ, ਮੈਗਜ਼ੀਨ ਵਾਲੇ ਸੰਧੂ ਸਾਹਿਬ ਦਾ, ਦੇਵ ਤਲਵੰਡੀ ਹੋਣਾ ਦਾ ਕਿ ਤੁਹਾਡੇ ਨੂੰ। ਹੁਣ ਮੈਂ ਆਪਣੇ ਵਾਲੇ ਪਾਸੇ ਆਵਾਂ, ਆਉਂਦਿਆਂ ਜਿਹੜੀ ਇੱਕ ਫਰਮਾਇਸ਼ ਮੈਨੂੰ ਹੁੰਦੀ ਹੈ ਵੀ ਘੁੱਗੀ 'ਤੇ ਉੱਡ ਕੇ ਵਹਾ, ਇਹ ਮੇਰੀ ਟ੍ਰੈਜਡੀ ਹੈ, ਲੋਕ ਹੱਸਦੇ ਆ, ਮੇਰੇ ਨਾਲ ਸੱਚੀ ਇਹ ਭਾਣਾ ਵਾਪਰਿਆ ਸੀ, ਔਰ ਅੱਜ ਤੱਕ ਜਿੱਥੇ ਜਾਣਾ ਮੇਰੇ ਨਾਲ ਇਹੋ ਪੰਗਾ ਪੈਂਦਾ। ਹੁਣ ਮੇਰੇ ਦੋਸਤ ਜਿੰਨੇ ਵੀ ਅੰਦਰ, ਮੈਂ ਦੁਖੀ ਹੋ ਗਿਆ ਇਸ ਗੱਲ ਤੋਂ, ਇਹ ਨਹੀਂ ਦੁਖੀ ਹੋਏ, ਕਹਿੰਦੇ ਉਹ ਜ਼ਰੂਰ ਸੁਣਨੀ ਹੈ ਗੱਲ, ਔਰ ਮੇਰੇ ਨਾਲ ਸੱਚੀ ਭਾਣਾ ਵਾਪਰਿਆ ਸੀ, ਸਾਡੇ ਦੋਸਤ ਦੀ ਮੈਰਿਜ, ਉਹਦੀ ਰਿਸੈਪਸ਼ਨ ਚੱਲ ਰਹੀ ਹੋਟਲ ਕਮਲ ਪੈਲਸ ਜਲੰਧਰ ਦੀ ਗੱਲ ਹੈ, ਸਟੇਜ 'ਤੇ ਪ੍ਰੋਗਰਾਮ ਚੱਲਣ ਡਿਆ, ਅਸੀਂ ਪਿੱਛੇ ਖੜ੍ਹੇ ਪ੍ਰੋਗਰਾਮ ਵੇਖਣ ਡਿਆ, ਨਾਲੇ ਪਨੀਰ ਖਾਣ ਡਿਆ, ਇੰਨੀ ਕੁ ਦੇਰ ਨੂੰ ਇੱਕ 2.5 ਸਾਲਾਂ ਦਾ ਬੱਚਾ ਨਿਕਾ ਜਿਹਾ ਜਵਾਕ ਜਿਹੜਾ ਮਸਾਂ ਹੀ ਬੋਲਣ ਲੱਗਾ ਸੀ, ਖਰੇ ਉੱਦਣ ਹੀ ਬੋਲਣ ਲੱਗਾ ਸੀ, ਪਿੱਛੋਂ ਆ ਕੇ ਪੈਂਟ ਖਿੱਚੀ ਜਾਵਾਂ ਕਿ ਹਾਂ ਬੇਟੇ ਕੀ ਗੱਲ ਹੈ, ਮੈਂ ਕਿਹਾ ਬੇਟੇ ਘੁੱਗੀ ਆ, ਫਿਰ ਉੱਡ ਕੇ ਵਹਾ, ਮੈਂ ਬੇਟੇ ਉੱਡਣ ਵਾਲੀ ਘੁੱਗੀ ਨੀ ਪੁੱਤਰ, ਮੇਰਾ ਨਾਂ ਘੁੱਗੀ ਆ, ਜਾ ਮੇਰਾ ਬੇਟਾ, ਮੈਂ ਤੋਰ ਦਿੱਤਾ। 3 ਕੁ ਮਿੰਟਾਂ ਬਾਅਦ ਆ ਕੇ ਇਧਰੋਂ ਪੈਂਟ ਖਿੱਚਦੀ, ਮੈਂ ਕਿਹਾ ਹੁਣ ਕੀ ਆ, ਮੈਂ ਕਿਹਾ ਤੈਨੂੰ ਦੱਸਿਆ ਘੁੱਗੀ, ਤੈਨੂੰ ਸਟਾਮ ਤੇ ਲਿਖ ਕੇ ਦੇ ਦਿਆਂ ਹੁਣ ਮੈਂ ਘੁੱਗੀਆਂ, ਫਿਰ ਉੱਡ ਕੇ ਕਿਉਂ ਨੀ ਵਖਾਂਦਾ, ਮੈਂ ਬੇਟੇ ਉੱਡਣ ਵਾਲੀ ਘੁੱਗੀ ਨੀ ਪੁੱਤਰ, ਮੇਰਾ ਨਾਂ ਘੁੱਗੀ ਆ, ਜਿੱਦਾਂ ਤੇਰਾ ਨਾਂ ਟਿੰਕੂ ਸ਼ਿੰਕੂ ਰਾਜੂ ਪੱਪੂ ਲੱਡੂ ਬੂੰਦੀ ਕਾਲਾ ਸਿੰਡੂ, ਕੋ ਤੇਰਾ ਨਾਂ ਰੱਖਿਆ ਹੋਣਾ ਕਰਦਿਆਂ ਨੇ, ਏਦਾਂ ਮੇਰਾ ਨਾਂ ਰੱਖਿਆ ਘੁੱਗੀ, ਜਾ ਮੇਰਾ ਬੇਟਾ, ਮੈਂ ਫਿਰ ਤੋਰਤਾ। ਉਹ ਕਿੱਥੇ ਹਟੇ, ਕਦੇ ਚੰਦਰਾ ਬੇਟਾ ਸੀ, ਉਹ ਕਦੇ ਇਹੋ ਜਿਹਾ ਬੇਟਾ ਹੀ ਸੀ ਵੀ ਜਿਹੜਾ ਮੰਨ ਜੇ ਗੱਲ। ਉਹ ਫਿਰ ਜਦੋਂ 18ਵੀਂ ਵਾਰੀ ਮੇਰੇ ਕੋਲ ਆ ਕੇ ਪੈਂਟ ਖਿੱਚੀ ਨੇ, ਮੈਨੂੰ ਗੁੱਸਾ ਬੜਾ ਚੜਿਆ, ਮੈਂ ਕਿਹਾ ਹੁਣ ਕੀ ਆ, ਮੈਂ ਕਿਹਾ ਨਹੀਂ ਮੈਨੂੰ ਪਤਾ
ਮੈਂ ਕੀ ਪਤਾ ਘੁੱਗੀਆਂ? ਮੈਂ ਹਜੇ ਪਤਾ ਤਾਂ ਫਿਰ ਜਾ ਪਹਿਲਾਂ ਉੱਡ ਕੇ ਵਗਾ। ਉਹਦੀ ਸੂਈ ਮੈਨੂੰ ਉਡਾਉਣ ਤੇ ਹੀ ਫਸੀ ਸੀ। ਮੈਂ ਯਾਰ ਕਮਾਲ ਦੀ ਗੱਲ, ਇਹੋ ਜਿਹੇ ਵਾਹ ਯਾਦ ਬੱਚੇ ਹੁੰਦੇ। ਮੈਂ ਕਿਹਾ ਇਹਨੂੰ ਕੀ ਕਹਿਣਾ, ਵੇਖਾਂ ਸੀ ਆਇਆ ਕਿਹਦੇ ਨਾਲ। ਪਿੱਛੇ ਜਾ ਕੇ ਵੇਖਿਆ ਕਿ 90 ਸਾਲਾਂ ਦੀ ਮਾਤਾ ਬੈਠੀ ਹੈ, ਏਡੇ ਮੋਟੇ ਸ਼ੀਸ਼ੇ ਵਾਲੀ ਅਣਕ ਲਾ ਕੇ। ਪਤਾ ਲੱਗਾ ਉਹਦਾ ਪੋਤਰਾ। ਮੈਂ ਜਾ ਕੇ ਮਾਤਾ ਦੇ ਗੱਲ ਪੈ ਗਿਆ, ਮੈਂ ਮਾਤਾ ਤੇਰਾ ਪੋਤਰਾ? ਕਹਿੰਦੀ ਆਹੋ ਕਾਕਾ, ਕੀ ਗੱਲ ਹੋਈ ਆ? ਮੈਂ ਗੱਲ ਕੀ ਹੋਣੀ, ਇਹਨੂੰ ਸੰਗਲੀ ਪਾ, ਏਦਾਂ ਦੀਆਂ ਚੀਜ਼ਾਂ ਖੁੱਲੀਆਂ ਨਹੀਂ ਛੱਡੀ ਦੀਆਂ। ਕਹਿੰਦੀ ਹੋਇਆ ਕੀ ਆ? ਮੈਂ ਕਿਹਾ ਹੋਣਾ ਕਿ ਮਿੰਟ ਬਾਅਦ ਮੇਰੇ ਕੋਲ ਆਉਂਦਾ ਆ ਕੇ ਮੇਰੀ ਪੈਂਟ ਖਿੱਚਦਾ, ਮੈਨੂੰ ਕਹਿੰਦਾ ਤੂੰ ਘੁੱਗੀ ਆ। ਮੈਂ ਕਹਿੰਦਾ ਉਹ ਤਾਂ ਮੈਨੂੰ ਕਹਿੰਦਾ ਉੱਡ ਕੇ ਵਹਾ, ਮੈਂ ਇਹਨੂੰ ਕਿੱਥੋਂ ਉੱਡ ਕੇ ਵਹਾ ਦਿਆਂ? ਕਹਿੰਦੀ ਕਾਕਾ ਇਹ ਮੁੰਡਾ ਬੜਾ ਬਦਤਮੀਜ਼ ਆ, ਬਹੁਤ ਜਿੱਦਾਂ ਕਰਦਾ, ਜਦੋਂ ਖੇੜੇ ਪੈ ਜਾਂਦਾ ਗੱਲ ਦਾ ਪਿੱਛਾ ਹੀ ਨਹੀਂ ਛੱਡਦਾ, ਮਗਰੋਂ ਲਾਸ ਵਿਖਾ ਦੇ ਮਾੜਾ ਜਿਹਾ ਉੱਡ ਕੇ। ਉਹ ਦਾਦੀ ਪੋਤਰੇ ਤੋਂ ਵੀ ਲੰਘੀ ਸੀ। ਦਾਦੀ ਵੱਲ ਵੇਖ ਕੇ ਪਤਾ ਲੱਗਾ ਬੱਚੇ ਦਾ ਕਸੂਰ ਹੀ ਕੋਈ ਨਹੀਂ, ਇਹ ਤੇ ਖਾਨਦਾਨ ਹੀ ਬੇਵਕੂਫ ਨੇ। ਸੋ ਮੇਰੇ ਨਾਲ ਕਿਤੇ ਇੱਕੋ ਹੀ ਏਦਾਂ ਹੀ ਇੱਕ ਵਾਰੀ ਸਾਡਾ ਪ੍ਰੋਗਰਾਮ ਇੱਥੇ ਮੋਗੇ ਹੀ ਆਉਣਾ ਸੀ, ਆਪਾਂ ਸਿਨਮੇ 'ਚ ਪ੍ਰੋਗਰਾਮ, ਚਾਚਾ ਰੌਣਕੀ ਰਾਮ ਉਹਨਾਂ ਦੇ ਨਾਲ ਆਉਣਾ ਸੀ। ਉਹਨਾਂ ਮੇਰੀ ਡਿਊਟੀ ਲਾ ਤੀ ਕਿ ਬੇਟਾ ਸਾਰੇ ਕਲਾਕਾਰਾਂ ਨੂੰ ਕਨਫਰਮ ਕਰਕੇ ਆਓ ਵੀ ਆਪਣਾ ਮੋਗੇ ਪ੍ਰੋਗਰਾਮ, ਆਪਾਂ 9 ਵਜੇ ਤੁਰਨਾ ਇੱਥੋਂ ਜਲੰਧਰੋਂ। ਮੈਂ ਸਾਰੇ ਕਲਾਕਾਰਾਂ ਦੇ ਘਰ ਸੁਨੇਹੇ ਦੇਣ ਗਿਆ। ਜਦੋਂ ਮੈਂ ਟਿੰਬਰੀ ਦੇ ਘਰ ਗਿਆ, ਟਿੰਬਰੀ ਹੁੰਦਾ ਸੀ ਚਾਚਾ ਜੀ ਦਾ ਭਤੀਜਾ ਇੱਕ, ਟਿੰਬਰੀ ਦਾ ਬੂਹਾ ਖੜਕਾਇਆ, ਬੂਹਾ ਖੋਲਿਆ, ਉਹਦੇ ਬਜ਼ੁਰਗ ਮਾਤਾ ਜੀ ਬਾਹਰ ਆਇਆ। ਮੈਂ ਮਾਤਾ ਜੀ ਪੈਰੀ ਪੈਂਦਾ, ਜਿੰਦਾ ਰਹਿ ਪੁੱਤ। ਮੈਂ ਹਜੇ ਹੈਗਾ ਟਿੰਬਰੀ? ਨਾ ਪੁੱਤ ਗਿਆ ਵਾ ਕਿਤੇ। ਮੈਂ ਹਜੇ ਕਦੋਂ ਆਊਗਾ? ਕੀ ਪਤਾ ਪੁੱਤ, ਹੁਣ ਗਏ ਬੰਦੇ ਦਾ ਕੀ ਪਤਾ ਹੁੰਦਾ ਕਦੋਂ ਆਵੇ ਵੀ ਕਿ ਨਾ ਆਵੇ। ਮੈਂ ਨੀ ਇਹੋ ਜਿਹੀ ਗੱਲ ਨਹੀਂ, ਆਊਗਾ ਜ਼ਰੂਰ। ਖੈਰ ਜਦੋਂ ਵੀ ਆਇਆ ਤਾਂ ਮੇਰਾ ਸੁਨੇਹਾ ਦੇ ਦਿਓ ਵੀ ਏਦਾਂ ਆਪਾਂ ਪ੍ਰੋਗਰਾਮ ਤੇ ਜਾਣਾ ਤੇ ਦੱਸ ਦਿਓ ਮੈਸੇਜ ਦੇਣ ਲਈ ਘੁੱਗੀ ਆਇਆ ਸੀ। ਅਜੇ ਮੈਂ ਇੰਨੀ ਗੱਲ ਕਹੀ ਮਾਤਾ ਦੀ ਚਾਰੇ ਪੌੜ ਚੱਕ ਕੇ ਪੈ ਗਿਆ। ਹਾਂ ਮਰ ਜਾ ਕਿਤੇ ਬੇੜਾ ਗਰਕ ਜਿਹਾ ਕੌਦੀਆਂ ਲਸਾਂ ਪਲੜੀਆਂ ਉਤਰ ਜਾਣੀ। ਮੈਂ ਮਾਤਾ ਕੀ ਗੱਲ, ਇੱਕੋ ਸਾਹ ਇੰਨੀਆਂ ਗੱਲਾਂ? ਕਹਿੰਦੀ ਬੁੱਢੇ ਬਾਰੇ ਮੇਰੇ ਨਾਲ ਮਖੌਲ ਕਰਦਾ। ਮੈਂ ਮਾਤਾ ਮੈਂ ਕੀ ਮਖੌਲ ਕੀਤਾ? ਕਹਿੰਦੀ ਇਹ ਘੁੱਗੀ ਆਇਆ ਸੀ, ਕੀ ਹੁੰਦਾ? ਜਾਂ ਤਾਂ ਕਹਿ ਘੁੱਗੀ ਆਈ ਸੀ, ਜਾਂ ਕਹਿ ਘੁੱਗਾ ਆਇਆ ਸੀ। ਮੈਂ ਸਮਝ ਗਿਆ, ਮੈਂ ਮਾਤਾ ਲਿੰਗ ਪਲਿੰਗ ਦੇ ਚੱਕਰ 'ਚ ਪੈ ਗਈ। ਵਾਕਈ ਬੜਾ ਅਜੀਬ ਲੱਗਦਾ ਕੋਈ ਕਹਿਣ ਦੇ ਹੋਵੇ ਕੱਲ੍ਹ ਸਾਡੇ ਪਿੰਡ ਹਾਥੀ ਆਈ ਸੀ, ਸਾਡੀ ਮੱਝ ਬਹੁਤ ਮਾਰਦਾ। ਆਹ ਮੁੰਡਾ ਨਹੀਂ ਹੱਸਦੀ, ਇਹਨੂੰ ਕੀ ਹੋਇਆ? ਮੁੰਡਿਆ ਲੜੀ ਹੈ? ਸੋ ਇਹ ਐਸੀਆਂ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਆਮ ਜ਼ਿੰਦਗੀ 'ਚ ਵਾਪਰਦੀਆਂ ਰਹਿੰਦੀਆਂ, ਉਹਨਾਂ ਦੇ ਵਿੱਚ ਹਿਊਮਰ ਛੁਪਿਆ ਹੁੰਦਾ, ਮਜ਼ਾਕ ਛੁਪਿਆ ਹੁੰਦਾ, ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤੁਸੀਂ ਇੰਜੋਏ ਕਰਦੇ ਹੋ। ਇੱਕ ਇੱਦਾਂ ਦੀ ਸੱਚੀ ਗੱਲ ਤੁਹਾਨੂੰ ਦੱਸਣ ਲੱਗਾ, ਸਾਡੇ ਸ਼ਾਮ ਚਰਾਸੀ ਮੇਲਾ ਹੁੰਦਾ, ਸ਼ਾਮ ਚਰਾਸੀ ਮੇਲਾ, ਉੱਥੇ ਸਟੇਜ 'ਤੇ ਮੈਂ ਕੰਪੇਅਰਿੰਗ ਕਰਨ ਡਿਆ, ਵਾਰੀ ਵਾਰੀ ਸਾਰੇ ਕਲਾਕਾਰਾਂ ਨੂੰ ਬੁਲਾ ਰਿਹਾ, ਲਓ ਜੀ ਹੁਣ ਆਹ ਸੁਣੋ, ਆਹ ਸੁਣੋ, ਇੱਦਾਂ ਸੁਣੋ। ਜਦੋਂ ਹੰਸ ਹੁਣੀ ਗਾ ਕੇ ਮੈਂ ਕਿਹਾ ਹੁਣੇ ਤੁਸੀਂ ਸੁਣ ਰਹੇ ਸੀ ਹੰਸ ਰਾਜ ਹੰਸ ਹੁਣਾਂ ਨੂੰ, ਹੁਣ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਸਾਬਰ ਕੋਟੇ। ਅਜੇ ਸਾਬਰ ਮੇਰੇ ਮੂੰਹ 'ਚ ਹੀ ਸੀ, ਕੋਟੀ ਉਹਨੇ ਕਹਿਣ ਹੀ ਨਹੀਂ ਦਿੱਤਾ। ਮਾਈ ਆ ਗਈ, ਇੱਥੋਂ ਆ ਕੇ ਮੇਰੀ ਕੋਟੀ ਫੜ ਲਈ ਜਿਹੜੀ ਮੈਂ ਪਾਈ ਸੀ। ਕਹਿੰਦੀ ਵੇ ਕਾਕਾ ਇੱਕ ਅਨਾਊਂਸਮੈਂਟ ਕਰ। ਮੈਂ ਹਜੇ ਅਨਾਊਂਸਮੈਂਟਾਂ ਹੀ ਤਾਂ ਕਰਨ ਡਿਆ। ਨਹੀਂ ਵੇ ਜਿਹੜੀ ਮੈਂ ਕਹਿੰਦੀ ਹਾਂ ਉਹ ਕਰ। ਮੈਂ ਦੱਸੋ। ਕਹਿੰਦੀ ਇੱਥੇ ਕਿਤੇ ਬਿੱਲੇ ਦਾ ਪਾਪਾ ਬੈਠਾ, ਉਹਨੂੰ ਬੁਲਾ। ਮੈਂ ਤੇਰਾ ਦਿਮਾਗ ਖਰਾਬ ਹੋ ਗਿਆ ਮਾਤਾ, ਮੈਂ 35-40 ਹਜ਼ਾਰ ਬੰਦਾ ਹੈ, ਇਹਦੇ 'ਚ ਮੈਂ 350 ਬਿੱਲੇ ਦੇ ਭਾਪੇ ਹੋਣੇ, ਮੈਂ ਕਿਹੜੇ ਨੂੰ ਬੁਲਾਵਾਂ? ਬਿੱਲਾ ਇੱਕੋ ਹੀ ਕਿਤੇ ਤੁਹਾਡੇ ਇਲਾਕੇ 'ਚ। ਕਹਿੰਦੇ ਨਹੀਂ ਵੀ ਮੈਂ ਤੇਰੇ ਕੋਲ ਖਲੋਤੀ ਹਾਂ, ਉਹਨੇ ਆਪੇ ਹੀ ਵੇਖ ਕੇ ਆ ਜਾਣਾ। ਮੈਂ ਕਿਹਾ ਲਓ ਜੀ, ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਧਿਆਨ ਨਾਲ ਸੁਣੋ, ਬਿੱਲੇ ਦਾ ਪਾਪਾ ਜਿੱਥੇ ਵੀ ਕਿਤੇ ਬੈਠਾ ਉੱਠ ਕੇ ਸਟੇਜ ਨੇੜੇ ਆ ਜਾਏ, ਮਾਤਾ ਜੀ ਆਏ, ਕੋਈ ਜ਼ਰੂਰੀ ਕੰਮ ਹੈ। ਬਿੱਲੇ ਦਾ ਪਾਪਾ ਕਿੱਥੋਂ ਉੱਠੇ? ਉਹ ਤਾਂ ਬੈਠਾ ਠੰਡ 'ਚ ਮੂੰਗਫਲੀ ਚੱਬਣ ਡਿਆ, ਗਾਉਣ ਪਾਣੀ ਸੁਣਨ ਡਿਆ, ਉਹ ਕਿੱਥੇ ਉੱਠੇ? ਅਜੇ ਸਾਬਰ ਕੋਟੀ ਹੁਣ 1.5 ਗੀਤ ਗਾਇਆ, ਮਾਈ ਨੇ ਆ ਕੇ ਇੱਧਰੋਂ ਵੱਖੀ ਫੜ ਲਈ। ਮੈਂ ਕਿਹਾ ਹੁਣ ਕੀ? ਆਉਂਦੀ ਵੀ ਤੈਨੂੰ ਆਖਿਆ ਅਨਾਊਂਸਮੈਂਟ ਕਰ। ਮੈਂ ਕੀਤੀ ਅਨਾਊਂਸਮੈਂਟ, ਨਹੀਂ ਆਉਂਦਾ ਬਿੱਲੇ ਦਾ ਪਾਪਾ ਤਾਂ ਮੈਂ ਕੀ ਕਰਾਂ? ਲੈ ਮੈਂ ਇੱਕ ਵਾਰੀ ਫੇਰ ਕਰ ਦਿੰਦਾ। ਮੈਂ ਕਿਹਾ ਜੀ ਮੇਰੀ ਹੰਬਲ ਰਿਕੁਐਸਟ ਹੈ, ਬਿੱਲੇ ਦਾ ਪਾਪਾ ਜਿੱਥੇ ਵੀ ਕਿਤੇ ਬੈਠਾ
ਪਲੀਜ਼ ਉੱਠ ਕੇ ਸਟੇਜ ਲਾ ਕੇ ਆ ਜੇ, ਮਾਤਾ ਜੀ ਆਏ, ਕੋਈ ਜ਼ਰੂਰੀ ਕੰਮ ਹੈ। ਪਰ ਉਹ ਵੀ ਕਿਸੇ ਢੀਠ ਦਾ ਜੰਮਿਆ ਸੀ ਨਾ ਬੇਲੇ ਦਾ ਪਿਓ, ਉਹ ਕਿੱਥੇ ਉੱਠੇ? ਉਹ ਬੈਠਾ ਕਿਤੇ ਮਾਰ ਕੇ ਖੇਸੀ ਦੀ ਬੁੱਕਲ ਤੇ ਪ੍ਰੋਗਰਾਮ ਸੁਣਨ ਡਿਆ, ਉਹ ਨਹੀਂ ਜੀ ਉੱਠਿਆ। ਅਜੇ ਸਾਬਰ ਦੀ ਵਾਰੀ ਮੁੱਕੀ ਹੈ, ਮੈਂ ਲੱਗਾ ਸਰਦੂਲ ਹੁਣਾਂ ਨੂੰ ਅਨਾਊਂਸ ਕਰਨ। ਮਾਈ ਫੇਰ ਆ ਗਈ, ਆਂਦੀ ਤੈਨੂੰ ਆਖਿਆ ਅਨਾਊਂਸਮੈਂਟ ਕਰ। ਮੈਂ ਮਾਤਾ ਮੈਂ ਕੀਤੀ ਅਨਾਊਂਸਮੈਂਟ, ਨਹੀਂ ਆਉਂਦਾ ਬੇਲੇ ਦਾ ਪਾਪਾ ਤਾਂ ਮੈਂ ਇਹ ਕਰਾਂ ਜਾ। ਮੈਂ ਨਹੀਂ ਕਰਨੀ ਅਨਾਊਂਸਮੈਂਟ, ਉਹ ਮੈਨੂੰ ਮਾਰਨ ਨਾ ਪੈ ਗਈ ਅੱਗੋਂ ਘਰ ਦਾਖੀ ਵੱਡੇ ਲੜ ਜਾ। ਮੈਂ ਮੁੱਖੀ ਮਾਰਨੀ ਨਾਸਾਂ ਦੇ ਬਾਂਦਰ ਜਿਹਾ, ਸ਼ਕਲ ਨਹੀਂ ਵਹਿੰਦਾ ਆਪਣੇ। ਮੈਂ ਚੁੱਕ ਕੇ ਸਟੇਜ ਤੋਂ ਸੁੱਟ ਦਿਉਂਗੀ। ਬਾਂਦਰ ਜਿਹਾ ਡੇਲੇ ਕੱਢੀ ਜਾਂਦਾ ਵਾ, ਮੂੰਹ ਕੱਢਿਆ ਸੋ ਪਾਈਏ ਦਾ। ਉਹ ਮੇਰਾ ਮਹਾਰਾਜ ਮਨ ਡਰ ਗਿਆ, ਇਹਦਾ ਮੈਂ ਮਾਈ ਦਾ ਕੀ ਪਤਾ ਸੱਚੀ ਚੁੱਕ ਕੇ ਸਟੇਜੋਂ ਥੱਲੇ ਮਾਰੇ। ਮੈਂ ਮਾਤਾ ਕਰ ਦਿੰਦਾ ਪਰ ਆਖਰੀ ਅਨਾਊਂਸਮੈਂਟ ਹੀ। ਆ ਮੈਂ ਕਿਹਾ ਜੀ ਮੈਂ ਹੱਥ ਜੋੜੇ, ਬਿੱਲੇ ਦਾ ਪਾਪਾ ਜਿੱਥੇ ਵੀ ਕਿਤੇ ਬੈਠਾ ਉਹ ਮੇਰਾ ਪਾਪਾ ਬਣ ਕੇ ਆ ਜੇ ਉਹ ਸਟੇਜ ਲਾ ਕੇ, ਮਿੰਨਤ ਵਾਲੀ ਗੱਲ। ਇੱਧਰੋਂ ਉੱਠਿਆ ਬੁੱਢਿਆਂ ਚੋਂ ਫਿਰ ਬੇਲੇ ਦਾ ਪਾਪਾ, ਉਹ ਪਰਿਓਂ ਡੇਢ ਕਿਲੋਮੀਟਰ ਦੂਰੋਂ ਉੱਥੋਂ ਹੀ ਪੁੱਛਣ ਡਿਆ, ਉਹ ਕੀ ਗੱਲ ਆ ਬੁੱਢੀਆ? ਕਾਹਦਾ ਰੌਲਾ ਪਾਈ ਜਾਂਦੀ ਆ? ਉਹਨੂੰ ਵੇਖ ਕੇ ਨਾ ਉੱਥੇ ਬੈਠੇ ਨੂੰ, ਅੱਛਾ ਅੱਛਾ ਇੱਥੇ ਬੈਠਾ, ਬੈਠਾ ਰਹੋ ਬੈਠਾ ਰਹੋ। ਬੜਾ ਗੁੱਸਾ ਚੜਿਆ, ਪੌਣੇ ਘੰਟੇ ਦੀ ਅਨਾਊਂਸਮੈਂਟਾਂ ਕਰਾਉਣ ਡਈ ਜੇ ਬੇਲੇ ਦਾ ਪਾਪਾ ਉੱਠਿਆ ਤੇ ਹੁਣ ਕਹਿਣ ਡਈਆਂ ਬੈਠਾ ਰਹੋ। ਮੈਂ ਕਿਹਾ ਹੁਣ ਕੀ ਬਿਮਾਰੀ ਪਈ? ਆਂਦੀ ਵੇ ਖਾਖਾ ਗੁੱਸਾ ਲਿਆ ਕਰੀਦਾ, ਮੈਂ ਕਿ ਆਖਣਾ ਬੇਲੇ ਦਾ ਪਾਪੇ ਨੂੰ? ਮੈਂ ਤੇ ਬਸ ਇਹੋ ਵੇਖਣਾ ਹੈ ਭਈ ਅੰਤਰ ਜਾਣਾ ਕਿਤੇ ਇੱਧਰ ਕੁੜੀਆਂ 'ਚ ਤਾਂ ਨਹੀਂ ਬੈਠਾ। ਉਹਨੂੰ ਆਪਣਾ ਹੀ ਸਿਆਪਾ ਪਿਆ ਸੀ। ਸੋ ਰੋਜ਼ਮਰਾ ਦੇ ਵਰਤਾਰੇ 'ਚ ਉਹ ਚੀਜ਼ਾਂ ਮਿਲਦੀਆਂ, ਹਿਊਮਰ ਮਜ਼ਾਕ, ਇਹ ਫਿਰ ਇੱਦਾਂ ਤੁਹਾਡੇ ਨਾਲ ਜਦੋਂ ਕਰੀਦਾ ਤੁਸੀਂ ਇੰਜੋਏ ਕਰਦੇ ਹੋ। ਸੋ ਹਰ ਦੁਨੀਆ ਦੇ ਹਰ ਪਹਿਲੂ ਦੇ ਵਿੱਚ ਮਜ਼ਾਕ ਛੁਪਿਆ ਹੁੰਦਾ।